ਇਹ ਕਾਗਜ਼ ਦੀ ਬੰਸਰੀ ਬਣਾਉਣ ਲਈ 3 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੱਗੇਗਾ। ਇਸ ਲਈ ਤੁਹਾਨੂੰ 15x10 cm ਦਾ ਇੱਕ ਕਾਗਜ਼ ਦਾ ਟੁਕੜਾ, ਗੂੰਦ ਅਤੇ ਕੈਂਚੀ ਚਾਹੀਦੀ ਹੈ। ਕਾਗਜ਼ ਦਾ ਮੱਧ ਲੱਭਣ ਲਈ ਕਾਗਜ਼ ਨੂੰ 2 ਹਿੱਸਿਆਂ ਵਿੱਚ ਮੋੜ ਲਓ। ਫਲੈਪ ਵਾਲੀ ਇੱਕ ਸਟ੍ਰਿਪ ਬਣਾ ਲਓ। ਅਤੇ ਫਲੈਪ ਨੂੰ ਛੱਡ ਕੇ ਇੱਕ ਲੰਬੀ ਸਟ੍ਰਿਪ ਕੱਟ ਲਓ। ਤੁਹਾਡੇ ਕੋਲ ਇੱਕ ਆਇਤਾਕਾਰ ਕਾਗਜ਼ ਹੋਵੇਗਾ ਜਿਸ 'ਤੇ ਇੱਕ ਫਲੈਪ ਲੱਗਾ ਹੋਵੇਗਾ। ਫਿਰ ਇੱਕ ਪਤਲੀ ਕਾਗਜ਼ ਦੀ ਟਿਊਬ ਬਣਾਉਣ ਲਈ ਕਾਗਜ਼ ਨੂੰ ਪੈਨਸਿਲ ਉੱਪਰ ਲਪੇਟ ਦਿਓ। ਅਖੀਰ ਵਿੱਚ ਪੈਨਸਿਲ ਨੂੰ ਵਿੱਚੋਂ ਕੱਢ ਦਿਓ। ਅਤੇ ਗੂੰਦ ਨਾਲ ਕਾਗਜ਼ ਨੂੰ ਜੋੜ ਦਿਓ। ਥੋੜ੍ਹੀ ਦੇਰ ਸੁੱਕਣ ਲਈ ਰੱਖੋ। ਕੋਨੇ ਨੂੰ ਵੀ ਟਿਊਬ ਨਾਲ ਜੋੜ ਦਿਓ। ਹੁਣ ਤੁਹਾਡੇ ਕੋਲ ਇੱਕ ਪਤਲੀ ਜਿਹੀ ਟਿਊਬ ਹੈ ਜਿਸ 'ਤੇ ਕਿ ਫਲੈਪ ਲੱਗਿਆ ਹੋਇਆ ਹੈ। ਫਲੈਪ ਨੂੰ ਮੋੜ ਦਿਓ। ਤੁਸੀਂ ਫਲੈਪ ਨੂੰ ਸਾਰੀਆਂ ਦਿਸ਼ਾਵਾਂ ਤੋਂ ਦੇਖ ਸਕਦੇ ਹੋ। ਜਦੋਂ ਤੁਸੀਂ ਟਿਊਬ ਦੇ ਦੂਜੇ ਪਾਸੇ ਹਵਾ ਖਿੱਚੋਗੇ ਤਾਂ ਫਲੈਪ ਕੰਬਣਾ ਸ਼ੁਰੂ ਹੋ ਜਾਵੇਗਾ ਅਤੇ ਆਵਾਜ਼ ਕੱਢੇਗਾ। ਤੁਸੀਂ ਇਸ ਦਾ ਆਨੰਦ ਮਾਣ ਸਕਦੇ ਹੋ।